ਸਤਿ ਸ਼੍ਰੀ ਅਕਾਲ। ਮੈਂ ਚਰਨ ਕਮਲ ਸਿੰਘ, ਓਲਡ ਆਯੁਰਵੇਦਾ ਧੂਰੀ ਪੰਜਾਬ ਤੋਂ, ਸੰਤ ਗੋਬਿੰਦ ਦਾਸ ਆਯੁਰਵੇਦਿਕ ਸੇਵਾ ਸੰਸਥਾ ਵੱਲੋਂ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਹਾਂ। ਅੱਜ ਗੱਲ ਕਰਾਂਗੇ ਅਸੀਂ ਅਲਸੀ ਬਾਰੇ। ਅਲਸੀ ਅਲਸੀ ਬਾਰੇ ਤੁਸੀਂ ਸਾਰੇ ਸੁਣਦੇ ਹੋ। ਫਲੈਕਸੀਡ, ਜਿਹਨੂੰ ਫਲੈਕਸੀਡ ਕਹਿੰਦੇ ਆ, ਅਲਸੀ ਕਹਿੰਦੇ ਆ, ਅਲਸੀ ਦੇ ਬੀਜ ਹੁੰਦੇ ਨੇ, ਦਾਣੇ ਹੁੰਦੇ ਨੇ। ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੀ ਅਲਸੀ ਦੇ ਵਿੱਚ ਕਿਹੜੇ ਤੱਤ ਪਾਏ ਜਾਂਦੇ ਨੇ। ਦੇਖੋ, ਅਲਸੀ ਦੇ ਵਿੱਚ ਓਮੇਗਾ 3 ਫੈਟੀ ਐਸਿਡ ਭਰਪੂਰ ਮਾਤਰਾ 'ਚ ਪਾਇਆ ਜਾਂਦਾ, ਅਤੇ ਓਮੇਗਾ 6 ਫੈਟੀ ਐਸਿਡ। ਤੇ ਜਿਹੜੇ ਲੋਕ ਵੈਜੀਟੇਰੀਅਨ ਨੇ, ਜਿਹੜੇ ਨੌਨ ਵੈਜ ਨਹੀਂ ਖਾਂਦੇ, ਜਿਵੇਂ ਆਪਾਂ ਸੁਣਦੇ ਹਾਂ ਵੀ ਓਮੇਗਾ 3, ਜਿਹੜਾ ਓਮੇਗਾ 3 ਮੱਛੀ 'ਚੋਂ ਮਿਲਦਾ, ਆਪਾਂ ਮੱਛੀ ਦੇ ਜਿਹੜੇ ਕੱਪ ਕਹਿੰਦੇ ਨਾ, ਤੇਲ ਦੇ ਕੈਪਸੂਲ ਖਾਂਦੇ ਹਾਂ, ਓਮੇਗਾ 3 ਹੁੰਦਾ, ਕਿਉਂਕਿ ਉਹ ਨੌਨ ਵੈਜੀਟੇਰੀਅਨ ਆ ਜਾਂਦਾ, ਉਹ ਨੌਨ ਵੈਜੀਟੇਰੀਅਨ ਆ ਜਾਂਦਾ। ਤੇ ਜਿਹੜੇ ਲੋਕ ਵੈਜੀਟੇਰੀਅਨ ਨੇ, ਵੈਜ ਖਾਣਾ ਪਸੰਦ ਕਰਦੇ ਨੇ, ਨੌਨ ਵੈਜ ਨਹੀਂ ਖਾਂਦੇ, ਉਹਨਾਂ ਵਾਸਤੇ ਅਲਸੀ ਬਹੁਤ ਵਧੀਆ ਇੱਕ ਆਪਸ਼ਨ ਆ, ਬਹੁਤ ਵਧੀਆ। ਅਲਸੀ ਦੇ ਬਹੁਤ ਫਾਇਦੇ ਨੇ, ਅਨੇਕ ਹੀ ਫਾਇਦੇ ਨੇ, ਥੋੜ੍ਹੇ ਜਿਹੇ ਤੁਹਾਨੂੰ ਫਾਇਦੇ ਦੱਸੂਗਾ ਅਲਸੀ ਦੇ। ਵੈਸੇ ਤਾਂ ਅਲਸੀ ਕਹਿ ਸਕਦੇ ਅੰਮ੍ਰਿਤ ਹੈ, ਉਹਨੂੰ ਸਰਦੀਆਂ ਦੇ ਦਿਨਾਂ ਵਿੱਚ ਖਾਣ ਵਾਸਤੇ। ਅਲਸੀ ਦੇ ਬਹੁਤ ਜ਼ਿਆਦਾ ਲਾਭ ਨੇ, ਅਤੇ ਕੀ ਲਾਭ ਨੇ ਅੱਗੇ ਆਪਾਂ ਗੱਲ ਕਰਾਂਗੇ। ਅਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਬੇਨਤੀ ਆ, ਸ਼ੇਅਰ ਕਰੋਗੇ ਜਾਣਕਾਰੀ ਹੋਰਾਂ ਤੱਕ ਪਹੁੰਚੂਗੀ, ਅਤੇ ਹੋਰ ਵੀ ਜਿਹੜੇ ਫਾਇਦਾ ਲੈ ਸਕਦੇ ਨੇ ਹੈ ਨਾ ਵੀਡੀਓ ਦਾ ਆਪਣਾ। ਅਤੇ ਬਾਕੀ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਲਾਈਕ ਕਰਦੇ ਨੇ, ਸ਼ੇਅਰ ਕਰਦੇ ਨੇ, ਅਤੇ ਵੀਡੀਓ ਦੇਖਦੇ ਹੋ ਤੁਸੀਂ, ਅਤੇ ਫੋਲੋ ਕਰ ਲਿਓ ਅਜੇ ਤੱਕ ਨਹੀਂ ਫੋਲੋ ਕਰਿਆ। ਅਤੇ ਯੂਟਿਊਬ 'ਤੇ ਤੁਸੀਂ ਯੂਟਿਊਬ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਘੰਟੀ ਵਾਲਾ ਬਟਨ ਦੱਬ ਦਿਓ, ਅਤੇ ਲਾਈਕ ਕਰਿਆ ਕਰੋ, ਅਤੇ ਘੰਟੀ ਦੱਬੋਗੇ ਤਾਂ ਨੋਟੀਫਿਕੇਸ਼ਨ ਆ ਜਾਂਦਾ, ਵੀਡੀਓ ਪਹਿਲਾਂ ਪਤਾ ਲੱਗ ਜਾਂਦਾ ਤੁਹਾਨੂੰ ਵੀ ਵੀਡੀਓ ਆ ਗਈ। ਨਵੀਂ ਨਵੀਂ ਵੀਡੀਓ ਪਾਉਂਦਾ ਰਹਿਣਾ ਮੈਂ, ਆਪਣੇ ਜਿਹੜੇ ਖਾਨਦਾਨੀ ਨੁਸਖੇ ਨੂੰ ਹੀ ਦੱਸਦਾ ਹੁੰਦਾ। ਅਤੇ ਅਲਸੀ ਦੀ ਗੱਲ ਕਰਾਂਗੇ ਹੁਣ ਆਪਾਂ। ਅਲਸੀ ਦੇ ਵਿੱਚ ਤੁਹਾਨੂੰ ਦੱਸਿਆ ਓਮੇਗਾ 3 ਪਾਇਆ ਜਾਂਦਾ ਭਰਪੂਰ ਮਾਤਰਾ 'ਚ, ਅਤੇ ਓਮੇਗਾ 6 ਫੈਟੀ ਐਸਿਡ ਪਾਏ ਜਾਂਦੇ ਨੇ, ਅਤੇ ਇਹਦੇ ਵਿੱਚ ਜਿਹੜਾ ਪ੍ਰੋਟੀਨ ਵੀ ਬਹੁਤ ਭਰਪੂਰ ਮਾਤਰਾ ਪਾਇਆ ਜਾਂਦਾ, ਹੋਰ ਵੀ ਜਿਹੜੇ ਇਹਦੇ ਵਿੱਚ ਤੱਤ, ਕਾਫੀ ਤੱਤ ਮੌਜੂਦ ਹੁੰਦੇ ਨੇ, ਹੁਣ ਆਪਾਂ ਵੀਡੀਓ ਸ਼ਾਰਟ ਦੇ ਵਿੱਚ ਦੱਸੂਗਾ ਮੈਂ ਬਸ ਵੀ ਹੁਣ ਇਹਦੇ ਫਾਇਦੇ ਕੀ ਨੇ। ਅਲਸੀ ਦੇ ਫਾਇਦੇ ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਬੈਡ ਜਿਹੜਾ ਸਾਡਾ ਕੋਲੈਸਟਰੋਲ ਆ, ਜਿਹਨੂੰ ਆਪਾਂ ਕਹਿੰਦੇ ਹਾਂ LDL, LDL ਸਾਡਾ ਘੱਟ ਕੋਲੈਸਟਰੋਲ ਹੁੰਦਾ, ਸਾਡਾ ਲਿਪਿਡ ਦੇ, ਸਾਡੇ ਬੈਡ ਲਿਪਿਡ ਦੇ ਵਿੱਚ ਬੈਡ ਕੋਲੈਸਟਰੋਲ ਹੁੰਦਾ ਸਾਡਾ, ਉਹਨੂੰ ਇਹ ਘੱਟ ਕਰਦਾ, ਮਤਲਬ ਬੈਡ ਜਿਹੜਾ ਕੋਲੈਸਟਰੋਲ ਉਹਨੂੰ ਘੱਟ ਕਰਦਾ। ਅਲਸੀ ਦੇ ਬੀਜ ਇਹਦੇ ਵਾਸਤੇ ਫਾਇਦੇਮੰਦ ਨੇ। ਅੱਗੇ ਆ ਗਿਆ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ, ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਉਹਨਾਂ ਵਾਸਤੇ ਫਾਇਦੇਮੰਦ ਆ। ਅਗਲੀ ਗੱਲ ਕਰਾਂਗੇ ਪ੍ਰੋਟੀਨ, ਇਹਦੇ ਵਿੱਚ ਆ ਗਿਆ ਭਰਪੂਰ ਮਾਤਰਾ 'ਚ, ਕਿਉਂਕਿ ਪੌਸ਼ਟਿਕ ਵੀ ਹੋ ਗਿਆ, ਅਲਸੀ ਪੌਸ਼ਟਿਕ ਵੀ ਆ, ਅਤੇ ਅੱਗੇ ਕੈਂਸਰ ਤੋਂ ਬਚਾਉਣ ਦੇ ਵਿੱਚ ਵੀ ਸਹਾਈ ਆ ਇਹ, ਮਤਲਬ ਕੈਂਸਰ ਹੋਣ ਤੋਂ ਵੀ ਬਚਾ ਕਰਦਾ ਜਿਹੜਾ ਅਲਸੀ ਹੈ, ਅਲਸੀ ਦੇ ਬੀਜ ਨੇ। ਅੱਗੇ ਕਬਜ਼ ਨੂੰ ਦੂਰ ਕਰਦਾ, ਕਬਜ਼ ਨੂੰ ਦੂਰ ਕਿਉਂ ਕਰਦਾ, ਕਿਉਂਕਿ ਇਹਦੇ ਵਿੱਚ ਫਾਈਬਰ ਹੁੰਦਾ, ਅਤੇ ਫਾਈਬਰ ਪਾਏ ਜਾਂਦੇ ਇਹਦੇ ਵਿੱਚ। ਜਦੋਂ ਤੁਸੀਂ ਅਲਸੀ ਦਾ ਸੇਵਨ ਕਰਨਾ ਹੋਵੇ ਤਾਂ ਉਹ ਦਿਨਾਂ ਦੇ ਵਿੱਚ ਤੁਸੀਂ ਪਾਣੀ ਥੋੜ੍ਹਾ ਜ਼ਿਆਦਾ ਪੀਓ, ਪਾਣੀ ਦਾ ਸੇਵਨ, ਤੁਹਾਨੂੰ ਪਾਣੀ ਵਾਟਰ ਇਨਟੇਕ ਜ਼ਿਆਦਾ ਕਰਨਾ ਚਾਹੀਦਾ, ਪਾਣੀ ਦਾ ਸੇਵਨ ਕਰਨਾ ਚਾਹੀਦਾ ਜਿਹੜੇ ਦਿਨਾਂ ਦੇ ਤੁਸੀਂ ਅਲਸੀ ਖਾ ਰਹੇ ਹੋ, ਥੋੜ੍ਹਾ ਜਿਹਾ ਪਾਣੀ ਨੂੰ ਵੱਧ ਮਾਤਰਾ 'ਚ ਲੈਣਾ ਚਾਹੀਦਾ, ਅਤੇ ਫਾਈਬਰ ਵੀ ਇਹਦੇ ਵਿੱਚ ਪਾਇਆ ਜਾਂਦਾ ਅਲਸੀ 'ਚ। ਹੁਣ ਇਹਦੇ ਵਿੱਚ ਜਿਹੜਾ ਹੈਗਾ, ਜਿਹੜੇ ਦਿਲ ਦੇ ਮਰੀਜ਼ ਨੇ, ਦਿਲ ਦੇ ਮਰੀਜ਼ਾਂ ਵਾਸਤੇ, ਹਾਰਟ ਵਾਸਤੇ ਬਹੁਤ ਬੈਨੀਫਿਟ ਆ ਇਹਦਾ ਅਲਸੀ ਦਾ, ਦਿਲ ਦੇ ਮਰੀਜ਼ਾਂ ਵਾਸਤੇ ਬਹੁਤ ਇਹਦੇ ਲਾਭ ਨੇ, ਫਾਇਦੇ ਨੇ। ਅੱਗੇ ਗੱਲ ਕਰਾਂਗੇ, ਮਤਲਬ ਹਾਰਟ ਕੇਅਰ ਹੋ ਗਿਆ ਨਾ, ਹਾਰਟ ਵਾਸਤੇ ਵੀ ਇਹ ਫਾਇਦੇਮੰਦ ਹੋ ਗਿਆ। ਅਗਲਾ ਜਿਹੜਾ ਹੈਗਾ, ਇਨਸੁਲੀਨ ਦੀ ਜਿਹੜੀ ਪ੍ਰੋਡਕਸ਼ਨ ਹੈ, ਇਨਸੁਲੀਨ ਦੀ ਪ੍ਰੋਡਕਸ਼ਨ ਜਿਹੜੀ ਸਹੀ ਹੁੰਦੀ ਹੈ, ਸਾਡਾ ਜਿਹੜਾ ਇਨਸੁਲੀਨ ਬਣਦਾ ਸਰੀਰ ਦੇ ਵਿੱਚ, ਜਿਹਦੇ ਕਰਕੇ ਸਾਡਾ ਸ਼ੂਗਰ ਕੰਟਰੋਲ ਦੇ ਵਿੱਚ ਰਹਿੰਦਾ, ਉਹਨੂੰ ਇਹ ਇਨਸੁਲੀਨ ਦੀ ਜਿਹੜੀ ਮਾਤਰਾ ਨੂੰ ਸਹੀ ਮਾਤਰਾ ਦੇ ਵਿੱਚ ਬਣਾਉਣ ਦੇ ਵਿੱਚ ਸਹਾਈ ਹੁੰਦਾ, ਅਤੇ ਸਾਡੇ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਸਹਾਈ ਹੈ। ਸ਼ੂਗਰ ਦੇ ਮਰੀਜ਼ਾਂ ਵਾਸਤੇ ਬਹੁਤ ਫਾਇਦੇਮੰਦ ਆ ਅਲਸੀ, ਜਿਨ੍ਹਾਂ ਨੂੰ ਪਹਿਲਾਂ ਹੀ ਆਲਰੇਡੀ ਕੋਈ ਪੇਟ ਦੀ ਸਮੱਸਿਆ ਚੱਲਦੀ ਆ, ਕਿਸੇ ਨੂੰ ਲੂਜ਼ ਮੋਸ਼ਨ ਲੱਗੇ ਹੋਏ ਨੇ, ਜਾਂ ਕੋਈ ਸੰਗਰਹਿਣੀ ਦਾ ਮਰੀਜ਼ ਆ, ਉਹਨੂੰ ਇਹਦਾ ਸੇਵਨ ਨਹੀਂ ਕਰਨਾ ਚਾਹੀਦਾ, ਜਿਹਨੂੰ ਕੋਈ ਗੰਭੀਰ ਸਮੱਸਿਆ ਚੱਲਦੀ ਹੈ, ਪਹਿਲਾਂ ਕੋਈ ਬਿਮਾਰੀ ਚੱਲਦੀ ਹੈ, ਉਹਨੂੰ ਵੀ ਇਹਦਾ ਸੇਵਨ ਨਹੀਂ ਕਰਨਾ ਚਾਹੀਦਾ, ਡਾਕਟਰ ਵੈਦ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ। ਅਤੇ ਅਗਰ ਤੁਸੀਂ ਸ਼ੌਂਕੀਆ ਤੌਰ 'ਤੇ ਖਾਣਾ ਚਾਹੁੰਦੇ ਹੋ, ਤੁਸੀਂ ਠੀਕ ਠਾਕ ਹੋ ਤਾਂ ਤੁਸੀਂ ਇਹਨੂੰ ਖਾ ਸਕਦੇ ਹੋ, ਤੁਹਾਨੂੰ ਕਬਜ਼ ਰਹਿੰਦੀ ਹੈ, ਤੁਸੀਂ ਖਾ ਸਕਦੇ ਹੋ। ਇਹਦੀ ਡੋਜ਼ ਦੱਸੂਗਾ, ਮਾਤਰਾ ਦੱਸੂਗਾ, ਅਤੇ ਲੈਣਾ ਕਿਵੇਂ ਆ, ਕਿਵੇਂ ਇਹਨੂੰ ਵਰਤਣਾ ਆਪਾਂ ਨੇ, ਇਹਨੂੰ ਕੱਚਾ ਲੈਣਾ ਜਾਂ ਭਿਉਂ ਕੇ ਲੈਣਾ ਜਾਂ ਭੁੰਨ ਕੇ ਲੈਣਾ, ਇਹ ਵੀ ਦੱਸਾਂਗੇ। ਅਲਸੀ ਨੂੰ ਭੁੰਨ ਕੇ ਲਿਆ ਜਾਂਦਾ ਸਹੀ ਤਰੀਕਾ, ਜਿਹੜਾ ਅਲਸੀ ਦਾ, ਕੱਚੀ ਅਲਸੀ ਦਾ ਆਪਣੇ ਸੇਵਨ ਨਹੀਂ ਕਰਨਾ, ਇਹਨੂੰ ਭੁੰਨ ਕੇ ਸੇਵਨ ਕਰਨਾ, ਹਲਕਾ ਹਲਕਾ ਮੱਠੀ ਮੱਠੀ ਅੱਗ ਦੇ ਉੱਪਰ ਇਹਨੂੰ ਹਿਲਾਈ ਜਾਓ ਕਿਸੇ ਭਾਂਡੇ 'ਚ ਪਾ ਕੇ, ਕੜਾਹੀ 'ਚ ਪਾ ਕੇ, ਜਦੋਂ ਹਲਕਾ ਬਰਾਊਨ ਹੋ ਗਿਆ, ਭੂਰਾ ਭੂਰਾ ਥੋੜ੍ਹਾ ਜਿਹਾ ਬਰਾਊਨ ਹੋ ਗਿਆ, ਭੁੱਜ ਗਏ ਜਿਹੜੇ ਅਲਸੀ ਦੇ ਵਿੱਚ ਭੁੱਜ ਗਏ ਜਦੋਂ, ਤਾਂ ਉਹਨਾਂ ਨੂੰ ਆਪਾਂ ਪੀਸ ਲੈਣਾ, ਮਿਕਸੀ ਦੇ ਵਿੱਚ ਉਹਨੂੰ ਗ੍ਰੈਂਡ ਕਰ ਲਓ, ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ, ਪਾਣੀ ਨਾਲ ਸੇਵਨ ਕਰੋ ਇਹਦਾ,
हल्के गुनगुने कोसे पानी नाल सेवन कर लो चमचा सवेरे चमचा शाम नू, अते तुहाडे शरीर दे विच चुस्ती फुर्ती आऊगी। तुसीं सवेरे उठदे हो, सवेरे उठ के स्टार्ट जे नहीं हुंदे ते सवेरे जिवें लेजी महसूस हुंदा वी सुस्ती रहिंदी आ दिन दे विच वी, सवेरे उठण नू जी नहीं करदा, शरीर दे विच जकड़न है, शरीर दे विच स्टिफनैस आ, ते जां तुहाडे कमर दर्द हुंदी आ ते बैक पेन आ, गर्दन दर्द है, मतलब शरीर दे विच स्टिफनैस महसूस करदे हो, अखड़ापन महसूस करदे हो, सवेरे उठ के छेती छेती चलते नहीं, तो तुम्हें बहुत ये फायदा करूगा है। सवेरे उठ के तुम वधिया स्टार्ट होने लग जाओगे, सवेरे तुम एक्टिव हो जाओगे, तो थोड़े शरीर में एक्टिविटी बढ़ूगी, ये ब्लड सर्कुलेशन सही तरीके होगा। अगर थोड़े हाथ पैर सौंदे ने भी सौनों हट जाएंगे, अगर हाथ पैर सौंदे ने सौनों हट जाएंगे, होर भी बहुत ज़्यादा फायदे ने। अगर सारे फायदे गिनाने लग जाए वीडियो बहुत लंबी हो जाऊगी, तो बाकी ज़्यादा जानकारी लिए तुम कई बार गूगल कर सकते हो, उस भी सारा कुछ मिल जाए थोड़ा, तो वो जानकारी होर लै सकते हो। तो आलसी लैन का तरीका कि चमचा सवेरे चमचा शाम को भुन के पाउडर करके लिया जाता, दो टाइम इन लो, कच्ची आलसी का सेवन नहीं करना, भुन के करना, सवेरे शाम एक चमचा का सेवन कर लो। बाकी इन्ने थोड़े जे आलसी के फायदे दसे ने, तो वीडियो में फिर भी आप थोड़ी जी लंबी होगी, होर वीडियो लैके फिर जल्दी आऊँगा। दो आ गया, खुश रहो, तंदुरुस्त रहो।